ਅਸਲਾਮ ਅਲੈਕੁਮ, ਫਾਈਵ ਸਟਾਰ ਡੀਵੀਡੀ ਕੋਲੀਓ ਰੋਡਿੰਗਾ ਜਨਾਬ ਲੈ ਕੇ ਆਏ ਨੇ ਤੁਹਾਡੇ ਵਾਸਤੇ ਇੱਕ ਸੋਹਣਾ ਜਿਹਾ ਪ੍ਰੋਗਰਾਮ, ਆਵਾਜ਼ ਛੋਟੇ ਵੀਰ ਸਾਇੰਸ ਸੋਹੇਲ ਅਹਿਮਦ ਗੁੱਜਰ ਦੀ। ਮੈਂ ਪਿਛਲੇ ਦਿਨਾਂ 'ਚ ਪਾਕਿਸਤਾਨ ਗਿਆ ਸੀ ਅਤੇ ਪਾਕਿਸਤਾਨ ਤੋਂ ਆਉਣ ਤੋਂ ਪਹਿਲੇ ਕੁਝ ਸੱਜਣਾਂ ਦੋਸਤਾਂ ਨੂੰ ਇਕੱਠਿਆਂ ਕੀਤਾ, ਇਕੱਠੇ ਬੈਠੇ, ਖਾਧਾ ਪੀਤਾ ਅਤੇ ਮਸਲ ਮਿਲਣੀ ਛਿਲਣੀ ਕੀਤੀ। ਉਸ ਮੌਕੇ 'ਤੇ ਜਨਾਬ ਸਾਇੰਸ ਸੋਹੇਲ ਸਾਹਿਬ ਨੇ ਕੋਈ 5-10-15 ਮਿੰਟ ਦਾ ਜਿਹੜੇ ਸੈਫਰ ਮਨੁੱਖ ਪੜ੍ਹਿਆ, ਸਾਇਨਾਂ ਦੀ ਆਵਾਜ਼ 'ਚ ਇੱਕ ਵੱਖਰਾ ਜਿਹਾ ਦਰਦ ਹੈ, ਇੱਕ ਵੱਖਰੀ ਜਿਹਾ ਸਵਾਦ ਹੈ, ਬੜੀ ਹੀ ਪਿਆਰੀ ਆਵਾਜ਼। ਕਿਤਾਬੀ ਤਰਸ ਦੇ ਸ਼ਹਿਨਸ਼ਾਹ, ਬੜਾ ਹੀ ਸੋਹਣਾ ਅੰਦਾਜ਼ ਸੈਫਰ ਮਲੁੱਖ, ਕਿਤਾਬ ਬੜੀ ਸੋਹਣੀ ਅਤੇ ਮੀਆਂ ਸਾਹਿਬ ਨੇ ਲਿਖਿਆ ਬੜਾ ਸੋਹਣਾ ਅਤੇ ਆਵਾਜ਼ ਮੀਆਂ ਸਾਹਿਬ ਨੇ ਆਖਿਆ ਨਾ, ਬਈ ਦੁੱਧ ਅੰਦਰ ਜੇ ਖੰਡ ਮਲਾਈਏ ਅਤੇ ਮਿੱਠਾ ਹੁੰਦਾ ਦੋਣਾ, ਸੋਹਣੀ ਕਿਤਾਬ ਅਤੇ ਸੋਹਣੀ ਆਵਾਜ਼। ਜਨਾਬ ਸਾਇੰਸ ਸੋਹੇਲ ਅਹਿਮਦ ਗੁੱਜਰ ਸਾਹਿਬ, ਉਹਨਾਂ ਦੀ ਆਵਾਜ਼ 'ਚ ਇਹ ਪ੍ਰੋਗਰਾਮ ਅਸੀਂ ਜਨਾਬ ਤੁਹਾਨੂੰ ਸੁਣਾ ਰਹੇ ਹਾਂ। ਉਮੀਦ ਹੈ ਤੁਹਾਨੂੰ ਪਸੰਦ ਆਵੇਗਾ, ਪਸੰਦ ਆਵੇ ਅਤੇ ਆਪਣੇ ਕੋਮੈਂਟਸ ਵਗੈਰਾ ਜ਼ਰੂਰ ਦੇਵਿਓ ਜੇ। 5-star DVD ਕੋਲੀਆਂ ਰੋਡ ਡਿੰਗਾ। ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਉਹਨਾਂ ਸੱਜਣਾਂ ਦੋਸਤਾਂ ਦਾ ਵੀ, ਜਿਨ੍ਹਾਂ ਨੇ ਉਸ ਟਾਈਮ 'ਤੇ ਮੈਨੂੰ ਮੌਕਾ ਦਿੱਤਾ ਆਪਣੀ ਖਿਦਮਤ ਕਰਨ ਦਾ। 5-star DVD ਸ਼ੁਕਰਗੁਜ਼ਾਰ ਹੈ ਆਪਣੇ ਸਭ ਸੱਜਣਾਂ ਦੋਸਤਾਂ ਦਾ ਜਿਹੜੇ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ। ਸ਼ੁਕਰੀਆ ਜੀ। ਕਿਉਂਕਿ ਜਿਸ ਦਿਨ ਡੇਟ ਰੱਖੀ ਹੈ ਨਾ ਅੱਜ ਸਾਹਿਬ ਦੇ ਖਤਮ ਪਾਗ ਦੀ, ਮਹਿਫਲ ਸਾਹਿਬ ਲੋਕ ਦੀ, ਅਤੇ ਮੈਨੂੰ ਮੇਰੇ ਭਾਈ ਬਸ਼ੀਰ ਅਹਿਮਦ ਸਾਹਿਬ ਨੇ ਕਿਹਾ ਸਾਈਂ ਜੀ ਸੋਂਡ, ਮੈਂ ਕਿਹਾ ਜਨਾਬ ਕਾਦਰੀ ਅਤਾਰੀ ਸੋਂਡ ਮਿਲਾਦ ਚੌਂਕ ਡਿੰਗਾ ਵਾਲੇ, ਉਹਨਾਂ ਨੂੰ ਇਨਵਾਈਟ ਕਰਿਆ ਜੇ ਤਾਂ ਮਿਹਰਬਾਨੀ। ਮੇਰੇ ਭਰਾ ਦੀ ਅਤੇ ਉਹਨਾਂ ਦੀ ਅੱਗੇ ਵੀ ਕਾਫੀ ਦਫ਼ਾ ਇਸ ਸੋਂਡ 'ਤੇ ਪੜ੍ਹ ਚੁੱਕੇ ਹਾਂ। ਹੁਣ ਇੱਕ ਫਰਮਾਇਸ਼ ਸੁਗੰਧੀ, ਬੜੇ ਮੌਕਿਆਂ ਦਾ ਸੁਗੰਧ, ਕਿਉਂਕਿ ਮੈਨੂੰ ਹੁਕਮ ਮਿਲਿਆ ਹੈ ਕਿ ਸਾਈਂ ਜੀ ਸਾਰੀ ਜਿੰਨੀ ਵੀ ਮਹਿਫਲ ਪੜ੍ਹਨੀ ਹੈ ਨਾ ਕਿਤਾਬੀ ਤਰ੍ਹਾਂ ਦੇ, ਤਾਂ ਫਿਰ ਜੋ ਘਰ ਵਾਲਿਆਂ ਦਾ ਹੁਕਮ ਹੋਵੇ ਉਹ ਮਹਿਮਾਨ ਨੂੰ ਮੰਨਣਾ ਪੈਂਦਾ। ਇਸ ਵਾਸਤੇ ਜਨਾਬ ਫਰਮਾਇਸ਼ ਦਾ ਬਾਦ ਕਿ ਮੀਆਂ ਸਾਹਿਬ ਰੂਮੀ ਕਸ਼ਮੀਰ ਅਦਬ ਦੇ ਬਾਦਸ਼ਾਹ ਆਰਫ ਖੜੀ ਫਕੀਰ ਲੋਕ ਸਨ, ਦਰਵੇਸ਼ ਲੋਕ ਸਨ, ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਗਲਤ ਨਹੀਂ ਹੈ, ਅੱਲਾਹ ਵਾਲੇ ਸਨ। ਜਿਵੇਂ ਜਨਾਬ ਚੌਧਰੀ ਮੁਹੰਮਦ ਅਨਵਰ ਆਪ ਹਾਜੀ ਚੱਕ ਆਲ ਮਕੀਮ ਯੂਨਾਨ, ਮੇਰੇ ਮਸਲ ਭਾਈ ਅੱਖਾਂ ਨਾਲ ਵੇਖ ਕੇ ਆਏ ਨੇ, ਖਾਜਾ ਮੁਹੰਮਦ ਅਸਾਦ ਕਾਦਰੀ ਦੀਵਾਨ ਰਹਿਮਤੁੱਲਾਹ ਦਰਬਾਰ ਸ਼ਰੀਫ ਮਿਆਣਾ ਚੱਕ ਮੈਸਮ ਮੋੜ, ਜਨਾਬ ਲੰਬੜਦਾਰ ਮੀਆਂ ਜਵੇਦ ਸਾਹਿਬ ਆਪਣੀਆਂ ਅੱਖਾਂ ਦੇ ਨਾਲ ਵੇਖ ਕੇ ਆਏ ਨੇ ਦਰਬਾਰ ਸ਼ਰੀਫ ਮਿਆਣਾ ਚੱਕ, ਜਿਨ੍ਹਾਂ ਦੀ ਗਾਂ ਨੇ ਸ਼ੇਰ ਖਾਧਾ ਹੈ। ਮੈਂ ਬਦਰ ਅਸ਼ੀਸ ਜੀ ਅੱਠਵੇਂ ਦਿਨ ਉਹਨਾਂ ਦੇ ਦਰਬਾਰ 'ਤੇ ਹਾਜ਼ਰੀ ਆਉਂਦੀ ਹੈ, ਅੱਠਵੇਂ ਦਿਨ ਮਸਟ ਡਿਊਟੀ, ਮਹੀਨੇ ਬਾਅਦ ਖੜੀ ਸ਼ਰੀਫ ਮੀਆਂ ਸਾਹਿਬ ਰਹਿਮਤੁੱਲਾਹ ਅਲੈਹ ਦਾ ਇੱਕ ਬੰਦੇ ਦੇ ਨਾਲ ਭਾਈਚਾਰਾ ਬੈਠ ਖਲੋਣ, ਆਪ ਉਸ ਬੰਦੇ ਕੋਲ ਬੈਠੇ ਅਤੇ ਬਸ਼ੀਰ ਅਹਿਮਦ ਸਾਹਿਬ ਕਿਸੇ ਚੁਗਲਖੋਰ ਨੇ, ਕਿਸੇ ਹਸਤ ਖੋਰ ਨੇ, ਕਿਸੇ ਗੀਬਤ ਬਾਜ਼ ਨੇ ਜਾ ਕੇ ਮੀਆਂ ਬਾਬਰ ਬਖਸ਼ ਸਾਹਿਬ ਨੂੰ ਸ਼ਿਕਾਇਤ ਲਾਈ, ਆਖਿਆ ਮੀਆਂ ਸਾਹਿਬ ਤੁਸਾਂ ਚੌਧਰੀ ਲੋਕ ਹੋ, ਪਰਸੋਂ ਤੁਸਾਂ ਕੋਲ ਮਹਾਰਾਜਾ ਆ ਰਿਹਾ, ਤੋ ਤੁਹਾਡਾ ਭਰਾ ਮੀਆਂ ਮੁਹੰਮਦ ਸਾਹਿਬ ਉਹ ਬੰਦੇ ਕੋਲ ਬੈਠਾ ਰਹਿੰਦਾ ਹੈ, ਉਸ ਦੀ ਦੁਨੀਆਂ 'ਤੇ ਇੱਜ਼ਤ ਕੋਈ ਨਹੀਂ। ਬਾਬਲ ਸਾਹਿਬ ਫਰਮਾਉਂਦੇ ਨੇ ਅਸੀਂ ਕੰਨਾਂ ਦੇ ਕੱਚੇ ਨਹੀਂ ਕਿ ਤੇਰੀ ਗੱਲ 'ਤੇ ਅਮਲ ਕਰ ਲਈਏ, ਕਿਉਂਕਿ ਹਮੇਸ਼ਾ ਬੰਦੇ ਨੂੰ ਥੋੜ੍ਹਾ ਜਿਹਾ ਤਹਿਕੀਕ ਕਰਨੀ ਚਾਹੀਦੀ ਹੈ ਯਾਰ, ਬੰਦਾ ਝੂਠ ਨਾ ਮਾਰਦਾ ਹੋਵੇ। ਬਾਲੇ ਬੰਦੇ ਕੋਈ ਗੱਲ ਕਰੇ ਨਾ, ਉਹ ਮੀਆਂ ਸਾਹਿਬ ਦਾ ਅਕਸਰ ਸੁਖਨ ਪੜ੍ਹਨਾ ਹੁੰਦਾ ਕਿ ਝੂਠੀਆਂ ਫੋਹਾਂ ਡਾਵਣ ਵਾਲੇ
ਝੂਠੀਆਂ ਅਫਵਾਹਾਂ ਡਾਉਣ ਵਾਲੇ ਔੜ ਹੁੰਦੇ ਨੇ, ਅੰਨੇ ਪੈਂਦਾ ਕੈਰ ਖੁਦਾ ਦਾ ਜਿਸ ਦਾ ਉਹ ਕਦੀ ਨਹੀਂ ਲੱਗਦੇ ਬੰਦੇ। ਤਾਂ ਕੀ ਕਰਨੀ ਚਾਹੀਦੀ ਇਨਸਾਨ ਨੂੰ ਕਿ ਯਾਰ ਬੰਦਾ ਝੂਠ ਨਾ ਮਾਰਦਾ ਹੋਵੇ ਉਸ ਬੰਦੇ ਦੇ ਬਾਰੇ, ਉਸ ਅੱਲਾਹ ਤਾਲਾ ਨੇ ਇੰਨੀ ਇੱਜ਼ਤ ਅਤਾ ਕੀਤੀ ਹੈ, ਇਸ਼ਤਾਂ ਜਿੱਤਾਂ ਮੇਰੇ ਅੱਲਾਹ ਦੇ ਹੱਥ ਦੇ। ਬਾਬਾ ਪੁਰਸ਼ਾ ਫਰਮਾਨ ਲੱਗੇ ਬਈ ਅਸੀਂ ਕੰਨਾਂ ਦੇ ਕੱਚੇ ਨਹੀਂ, ਤੇਰੀ ਗੱਲ ਤੇ ਅਮਲ ਕਰ। ਮੇਰਾ ਭਰਾ ਉਸ ਬੰਦੇ ਕੋਲ ਅੱਜ ਬੈਠਿਆ, ਆਖਿਆ ਜੀ ਅੱਜ ਵੀ ਬੈਠਿਆ ਉਸ ਬੰਦੇ ਕੋਲ, ਉਹਦੇ ਮਿੱਟੀ ਦੇ ਗੋਰੀ ਪਾਈ ਹੈ, ਉਹਦੀ ਕੋਈ ਇੱਜ਼ਤ ਕੋਈ ਨਹੀਂ। ਆਹਾ ਮੀਆਂ ਸਾਹਿਬ ਫਰਮਾਨ ਨੇ ਜ਼ਾਤਾਂ ਦਾ ਮਾਣ ਨਾ ਕਰੇ, ਉਹ ਕੰਡੇ ਉਹ ਸਭ ਭੁਲੇਖੇ ਬੁੱਲੇ ਸ਼ਾਹ ਵਰਗੇ ਅਸਾਂ ਘਰ ਕੰਜਰਾਂ ਦੇ ਸੋਸਾ ਟੋਦੇ ਵੇਖੇ। ਉੱਥੇ ਪੀਰ ਬਾਵਲ ਬਖਸ਼ ਸਾਹਿਬ ਖੜ ਸ਼ਰੀਫ ਵਾਲੇ ਨਾਲ ਦੋਸਤ ਅਬਾਬ ਨੌਕਰ ਚਾਕਰ, ਉਹ ਚੁਗਲਖੋਰ, ਉਹ ਹਸਦ, ਉਹ ਗੀਬਤ ਦੀ ਉਹਨੂੰ ਬਿਮਾਰੀ ਸੀ ਬਚਪਨ ਦੀ, ਜਿਹਨਾਂ ਨੂੰ ਗੀਬਤ ਦੀ ਬਚਪਨ ਦੀ ਬਿਮਾਰੀ ਹੈ ਨਾ। ਚੌਧਰੀ ਮੁਹੰਮਦ ਅਨਵਰ ਅੱਜ ਹੀ ਚਾਕਾ ਲਿਆ, ਚੌਧਰੀ ਮੁਹੰਮਦ ਬਸ਼ੀਰ ਚੱਕ ਬਾਂਸਰੀਆਂ ਲਿਓ, ਮੀਆਂ ਜਵੇਦ ਲੰਬੜਦਾਰ ਸੂਦ ਸ਼ਰੀਫ ਵਾਲਿਓ, ਉਹਨਾਂ ਨੂੰ ਬੁੱਢੇ ਆਉਂਦਿਆਂ ਤੱਕ ਨਹੀਂ ਜਾਣੀ, ਇਹ ਮੈਨੂੰ ਪਤਾ ਹੈ। ਉਹ ਵੀ ਨਾਲ ਆਏ ਪੀਰ ਬਾਬਾ ਬਖਸ਼ ਸਾਹਿਬ ਤੇ ਉਹ ਬੈਠੇ ਆ ਗਏ। ਲਬੜਦਾਰ ਸਾਡੇ ਕੋਲ ਪਰਸੋਂ ਮਹਾਰਾਜਾ ਆ ਰਿਹਾ, ਤੂੰ ਇਸ ਕੋਲ ਬੈਠਾ ਰਹਿਣਾ। ਸਰਕਾਰ ਹਰ ਫੇਖੜੀ ਰੂਮੀ ਕਸ਼ਮੀਰ ਫਕੀਰ ਨੂੰ ਕਿਸੇ ਕੌਮ ਨਾਲ ਕੋਈ, ਕਿਉਂਕਿ ਫਕੀਰ ਦੀ ਕੋਈ ਕੌਮ ਸ਼ੌਕ ਨਹੀਂ, ਦਰਵੇਸ਼ ਦੀ ਕੋਈ ਕੌਮ ਸ਼ੌਕ ਨਹੀਂ, ਆਪਣੇ ਲਾਲਾ ਜੀ ਨੂੰ ਸੁਣਨ ਦੇ ਵਿੱਚ ਜਵਾਬ ਦਿੰਦੇ ਨੇ, ਤੇ ਕਿਹੜਾ ਜਵਾਬ ਤੇ ਆ ਫਰਮਾਦ ਰਹੇ। ਚਲੋ ਸਜਾਦਾ ਦਰ ਗੁਰਗੁਆ ਲਿਓ, ਆ ਫਰਮਾਇਆ ਖੂਨ ਨਾਲ ਨਾ ਛੇ ਮਸਕੀਨ
اللہ کر کے دعا کرو حکومت پاکستان ولی دی گل مان لے اس دے وچ بہتری اللہ تعالی خیر کرے ساڈے ملک دی تکلیف دے نے جس ویلے سرکار مدینہ ملے
ਉਹਨਾਂ ਦੇ ਵਾਲਿਦ ਸਾਹਿਬ ਦੇ ਦਿਲ ਵਿੱਚ ਵਿਚਾਰ ਔਰ ਉਹਨਾਂ ਦੇ ਬੇਟਿਆਂ ਦੇ ਦਿਲ ਵਿੱਚ ਵਿਚਾਰ ਚਾਰ ਦਿਲ ਦੇ ਤੱਤੀ ਚਾਰ ਦਾ ਕੋਈ ਨਹੀਂ ਬਣਦਾ ਚਾਰ ਦਿਲ ਦਾ ਹੋਣਾ ਚਾਹੀਦਾ ਇਹ ਗੱਲ ਆਰ ਫਰਮਾਨ ਰੂਮੀ ਕਸ਼ਮੀਰ ਅਦਲ ਦੇ ਬਾਦਸ਼ਾਹ ਕਰ ਕੇ ਫਰਮਾਉਂਦੇ ਨੇ ਤੇ ਦਿਲ ਕਹਿੰਦਾ ਦਿਲ ਭਰ ਲਿਆ